यार अणमुल्लिया नू हवा दे बुल्लिया नू दिल दे प्यारिया नू बेनती है सारिया नू शांति सकून सदा नाल रखियो नाले सोहनी जही सेहत दा ख्याल रखियो हर वेले गाउंदे रहो खुशियां दे गीत नाले देखदे रहो शो गुड मॉर्निंग विद सुखदीप। सत श्री अकाल जी, स्वागत है तुहाडा सारिआं दा एक वारी फिर तो तुहाडे प्यारे जे शो गुड मॉर्निंग विद सुखदीप दे विच। नवा दिन नवी सवेर मुबारक होवे। सो अज दियां साडियां तंदरुस्ती भरियां खुशियां दे विच साडे नाल होणगे तुहाडे पसंदीदा कलाकार पंजाबियां दी शान बड्डा बाई शहरीमान। की हाल है बाई जी? बहुत वधिया जी, बहुत वधिया। सारिआं नूं प्यार भरी सत श्री अकाल। बैठो बाई जी, बैठो जी। तो यार मैं हैरान हाँ कि तुहाडी जिहड़ी फिटनेस है योगा दे करके तुसीं अपने आप नूं बड़ा फिट रख्या होया। बड़ी मैनूं बड़ा चंगा लग्या देख के। थैंक यू भाजी, थैंक यू भाजी। मैं थोड़ा ये दसना चाहना कि साडा खाण पीण वाल ज़्यादा ध्यान हुंदा, पचाण वाल बिल्कुल भी नहीं। तो भाजी एक डाइट हुंदी है रूह नूं सुकून देण वाली। यार रूह नूं सुकून देण वाला तो फिर संगीत ही है, म्यूजिक ही है। मैनूं लगदा वह भी जे एक चंगा म्यूजिक होवे ते मैनूं लगदा भाजी फिर सुना दिओ कोई रूहदारी वाला सोंग। रूहदारी वाला सोंग एक मेरा गाना सीगा रूह अफजा, बहुत बहुत पुराना गाना। अच्छा जी। ਉਹਦੀਆਂ ਮੈਨੂੰ ਜਦੋਂ ਤੁਸੀਂ ਰੂਹ ਦੀ ਗੱਲ ਕੀਤੀ ਨਾ, ਅੱਛਾ, ਮੈਨੂੰ ਰੂਹ ਅਫਜ਼ਾ ਯਾਦ ਆ ਗਿਆ। ਮੈਂ ਉਹਦੀਆਂ ਕੁਛ ਲਾਈਨਾਂ ਤੁਹਾਨੂੰ ਸੁਣਾਉਣਾ ਸਾਰਿਆਂ ਨੂੰ। ਹਾਂਜੀ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਕੀ ਬਾਤ ਹੈ ਭਾਜੀ, ਕੀ ਬਾਤ ਹੈ। ਬਹੁਤ ਹੀ ਵਧੀਆ ਭਾਜੀ ਰੂਹਦਾਰੀ ਵਾਲਾ, ਮਤਲਬ ਜਿਹੜਾ ਤੁਸੀਂ ਸੌਂਗ ਸੁਣਾਇਆ ਸੱਚੀ ਰੂਹ ਨੂੰ ਸਕੂਨ ਆ ਗਿਆ, ਬਚਪਨ ਯਾਦ ਆ ਗਿਆ। ਵੈਸੇ ਭਾਜੀ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਬਚਪਨ ਦੇ ਵਿੱਚ ਕਿਹੜੀ ਕਿਹੜੀ ਗੇਮ ਖੇਡਦੇ ਰਹੇ ਹਾਂ? ਬਚਪਨ 'ਚ ਯਾਰ ਬੜੀਆਂ ਸਾਰੀਆਂ ਖੇਡਾਂ ਹੁੰਦੀਆਂ ਸੀ। ਹਾਂਜੀ, ਕਿਉਂਕਿ ਵੈਸੇ ਸਹੀ ਦੱਸਾਂ ਉਦੋਂ ਤੱਕ ਆ ਵੀਡੀਓ ਗੇਮਾਂ ਵੀ ਆ ਗਈਆਂ ਸੀ ਪਰ ਉਹ ਅਸੀਂ ਅਫੋਰਡ ਨਹੀਂ ਸੀ ਕਰਦੇ, ਜਿਹੜੀ ਕਿ ਚੰਗੀ ਗੱਲ ਸੀ ਕਿਉਂਕਿ ਉਹਦੇ ਨਾਲ ਕੀ ਸੀ ਕਿ ਅਸੀਂ ਧੁੱਪੇ ਬਾਹਰ, ਮਤਲਬ ਚਾਹੇ ਜਿੰਨੀ ਮਰਜ਼ੀ ਗਰਮੀ ਹੁੰਦੀ, ਜੂਨ ਜੁਲਾਈ ਦੀਆਂ ਛੁੱਟੀਆਂ ਮੇਰੇ ਯਾਦ ਹੈ ਸਿਰਫ ਦੁਪਹਿਰ ਦੇ 2 ਘੰਟੇ ਅਸੀਂ ਘਰੇ ਜਾ ਕੇ ਰੋਟੀ ਖਾ ਕੇ ਆਉਂਦੇ ਹੁੰਦੇ ਸੀ, ਅਦਰਵਾਈਜ਼ ਅਸੀਂ ਸਾਰਾ ਦਿਨ ਜਿੰਨੀ ਮਰਜ਼ੀ ਗਰਮੀ ਹੋਵੇ ਅਸੀਂ ਬਾਹਰ ਖੇਡਣਾ। ਇੱਕ 12 DT ਖੇਡਦੇ ਹੁੰਦੇ ਸੀਗੇ, ਫਿਰ ਕ੍ਰਿਕਟ ਵੀ ਖੇਡਣਾ ਅਤੇ ਹੋਰ ਬੜੀਆਂ ਸਾਰੀਆਂ ਗੇਮਾਂ ਅਸੀਂ ਖੇਡਦੇ ਹੁੰਦੇ ਸੀਗੇ ਅਤੇ ਮੈਨੂੰ ਲੱਗਦਾ ਵੀ ਐਸੀਆਂ ਗੇਮਾਂ ਵੀ ਖੇਡਦੇ ਸੀ ਵੀ ਜਿਨ੍ਹਾਂ ਨਾਲ ਸਰੀਰ ਤਾਂ ਫਿੱਟ ਹੁੰਦਾ ਹੀ ਹੁੰਦਾ ਸੀ, ਦਿਮਾਗ ਵੀ ਫਿੱਟ ਹੋ ਜਾਂਦਾ ਸੀ। ਸਰੀਰ ਅਤੇ ਦਿਮਾਗ, ਉਹ ਕਿਹੜੀ ਗੇਮ ਸੀ ਭਾਜੀ ਜਿਹੜੀ ਮਤਲਬ ਜਿਹੜਾ ਦੋਨਾਂ ਨਾਲ ਕੰਬੀਨੇਸ਼ਨ ਸੀ? ਇੱਕ ਗੇਮ ਹੁੰਦੀ ਸੀ ਬਾਂਦਰ ਕੀਲਾ। ਅੱਛਾ ਜੀ। ਉਹਦੇ ਵਿੱਚ ਜਦੋਂ ਉਹਨਾਂ ਨੂੰ ਜੁੱਤੀਆਂ ਬਚਾਉਂਦੇ ਆ, ਹਾਂਜੀ ਹਾਂਜੀ, ਤਾਂ ਉਹਦੇ 'ਚ ਸਰੀਰ ਵੀ ਫਿੱਟ ਹੁੰਦਾ, ਚਾਰੇ ਪਾਸੇ ਘੁੰਮਣਾ ਪੈਂਦਾ, ਰੱਸੀ ਫੜ ਕੇ ਘੁੰਮਦੇ, ਰੱਸੀ ਫੜ ਕੇ ਘੁੰਮਦੇ ਅਤੇ ਜਦੋਂ ਫਿਰ ਉਹ ਪੈਂਦੀਆਂ ਸੀ ਸਿਰ 'ਚ ਉਹਦੇ ਨਾਲ ਦਿਮਾਗ ਵੀ ਖੁੱਲ੍ਹ ਜਾਂਦਾ ਸੀ। ਬਿਲਕੁਲ ਸਹੀ ਗੱਲ ਹੈ ਭਾਜੀ, ਦਿਮਾਗ ਵੀ ਫਿੱਟ ਕਰਦੇ। ਬਿਲਕੁਲ ਸਹੀ ਗੱਲ ਹੈ। ਸੋ ਵੈਸੇ ਭਾਜੀ ਜਿਹੜੀਆਂ ਉਸ ਟਾਈਮ ਗੇਮਾਂ ਹੁੰਦੀਆਂ ਸੀ, ਹਾਂ, ਉਹ ਸਾਰੀਆਂ ਸਰੀਰ ਨੂੰ ਫਿੱਟ ਰੱਖਣ ਵਾਲੀਆਂ ਗੇਮਾਂ ਸੀ। ਬਿਲਕੁਲ। ਜਿਹੜੀਆਂ ਭਾਜੀ ਅੱਜ ਕੱਲ੍ਹ ਗੇਮਾਂ ਇਹ ਸਾਰੀਆਂ ਸਰੀਰ ਨੂੰ ਬਿਮਾਰੀ ਲਾਉਣ ਵਾਲੀਆਂ ਆ ਗਈਆਂ। ਹੁਣ ਭਾਜੀ ਤੁਸੀਂ ਦੇਖੋ ਕਿ ਬੱਚੇ ਬੰਦ ਕਮਰਿਆਂ ਦੇ ਵਿੱਚ ਮੋਬਾਈਲ 'ਤੇ ਗੇਮਾਂ ਖੇਡਦੇ ਰਹਿੰਦੇ ਆ। ਹਾਂ ਬਿਲਕੁਲ। ਸੋ ਮੈਨੂੰ ਲੱਗਦਾ ਕਿ ਉਸ ਟਾਈਮ ਦੀਆਂ ਗੇਮਾਂ ਜ਼ਿਆਦਾ ਵਧੀਆ ਸੀ। ਉਸ ਟਾਈਮ ਦੀਆਂ ਗੇਮਾਂ ਸਰੀਰ ਨੂੰ ਫਿੱਟ ਰੱਖਦੀਆਂ ਸੀ, ਅੱਜ ਕੱਲ੍ਹ ਦੀਆਂ ਗੇਮਾਂ ਅੰਗੂਠਿਆਂ ਨੂੰ ਫਿੱਟ ਰੱਖਦੀਆਂ। ਬਿਲਕੁਲ ਜੀ, ਅੱਜ ਕੱਲ੍ਹ ਅੰਗੂਠੇ ਦੀ ਐਕਸਰਸਾਈਜ਼ ਜ਼ਿਆਦਾ ਹੋ ਰਹੀ ਆ ਕਿਉਂਕਿ ਹੋਰ ਕੁਛ ਨਹੀਂ, ਬਸ ਅੰਗੂਠਾ ਐਂ ਹੋ ਗਿਆ, ਐਂ ਹੋ ਗਿਆ, ਐਂ ਹੋ ਗਿਆ, ਐਂ ਹੋ ਗਿਆ। ਗੇਮ ਵੀ ਖੇਡ ਲਓ ਚਾਹੇ ਮੋਬਾਈਲ 'ਤੇ ਜਾਂ ਫਿਰ ਉਂਗਲੀਆਂ ਨੂੰ ਫਿੱਟ ਰੱਖਦੀਆਂ। ਬਿਲਕੁਲ ਬਿਲਕੁਲ ਜੀ। ਸੋ ਮੈਂ ਸੀਰੀਅਸਲੀ ਮੈਂ ਇਹ ਗੱਲ ਕਦੀ ਵਾਰੀ ਦੇਖਦਾ ਹੁੰਦਾ ਕਿ ਬੜੇ ਛੋਟੇ ਛੋਟੇ ਬੱਚੇ ਉਹ ਯਾਰ ਬਿਨਾਂ ਮੋਬਾਈਲ ਤੋਂ ਰੋਟੀ ਨਹੀਂ ਖਾਂਦੇ। ਸਹੀ ਗੱਲ ਹੈ ਭਾਜੀ। ਵੀ ਜੇ ਉਹਨਾਂ ਤੋਂ ਮੋਬਾਈਲ ਖੋਹ ਲਿਆ ਜਾਵੇ ਤਾਂ ਮੈਂ ਕਹਿੰਦਾ ਕਿ ਉਹ ਇੱਕ ਬੁਰਕੀ ਨਹੀਂ ਖਾ ਸਕਦੇ। ਬਿਲਕੁਲ ਜੀ, ਰੋਟੀ ਦੀ। ਹਾਂਜੀ ਹਾਂਜੀ, ਜਿਹੜੀ ਕਿ ਇੱਕ ਬੜੀ ਅਜੀਬ ਗੱਲ ਹੈ। ਹਾਂਜੀ। ਔਰ ਮੈਂ ਸੋਚਦਾ ਹੁੰਦਾ ਯਾਰ ਇਹਨਾਂ ਦੀ ਨਿਗਾਹ ਦਾ ਕੀ ਬਣੂਗਾ। ਕਈ ਵਾਰੀ ਦੇਖਦੇ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ। ਬਿਲਕੁਲ। 4-4 ਸਾਲ ਦੇ ਜਵਾਕ ਨੂੰ ਐਡੀਆਂ ਐਡੀਆਂ ਮੋਟੀਆਂ ਐਨਕਾਂ ਲੱਗੀਆਂ ਹੋਈਆਂ। ਪਰ ਹੁਣ ਮੇਰਾ ਇੱਕ ਸਵਾਲ ਇਹ ਹੈ, ਹਾਂਜੀ, ਕਿ ਮੈਨੂੰ ਪਤਾ ਕਿ ਬੱਚੇ ਫੋਨ ਨਹੀਂ ਛੱਡ ਸਕਦੇ ਜਾਂ ਆਪਾਂ ਵੀ, ਸਾਡੇ ਲਈ ਵੀ ਇੱਕ ਨੀਡ ਬਣ ਗਈ ਹੈ। ਬਿਲਕੁਲ ਬਿਲਕੁਲ ਭਾਜੀ। ਸਪੈਸ਼ਲੀ ਜਿਹੜੇ ਅਸੀਂ ਕਲਾਕਾਰ ਹਾਂ, ਸਾਡਾ ਤਾਂ ਸਾਰਾ ਕੰਮ ਹੀ ਹੁਣ ਸੋਸ਼ਲ ਮੀਡੀਆ 'ਤੇ ਹੈ। ਜੀ ਬਿਲਕੁਲ। ਸੋ ਫੋਨ ਨੂੰ ਆਪਾਂ ਟੋਟਲੀ ਅਵੋਇਡ ਵੀ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਉਹ ਤਾਂ ਹੈ। ਬਿਲਕੁਲ। ਮੈਂ ਇਹ ਪੁੱਛਣਾ ਤੁਹਾਡੇ ਤੋਂ ਕਿ ਫੋਨ ਅਸੀਂ ਯੂਜ਼ ਕਰਨਾ ਹੀ ਕਰਨਾ, ਪਰ ਕੋਈ ਐਸੀ ਐਕਸਰਸਾਈਜ਼ ਵੀ ਹੈ ਯੋਗਾ ਦੇ ਵਿੱਚ ਜਿਹਦੇ ਨਾਲ ਸਾਡੀ ਨਿਗਾਹ ਜਿਹੜੀ ਹੈ
वो बरकरार रहे जां निगाह ते कोई असर ना पवे। बिल्कुल है भाजी, सब तो पहली गल तो यह है कि भाजी जिदा तुसी दस्या है कि फोन नूं आपां अवॉइड नहीं कर सकते, पर कोशिश ये करनी चाहिए कि जदों आपां तां चलो हुण भाजी काम करना आपां नूं जरूरत है, हुण बच्चियां नूं कई बार नहीं भी जरूरत हुंदी, हुण माँ बाप की करते हैं कि बच्चों है ना वो लगाने वास्ते तक्के तो मोबाइल फड़ा देने, बच्चे मोबाइल के नाल पहले तो ही जोड़ देने, फिर बच्चा मोबाइल मंगी जा रहा है ना। सो मतलब माँ बाप को पहला चाहिए कि बच्चों हो सके जिन्ना दूर रखन मोबाइल तो, उन्होंने आप खेडन, बच्चे बन के आप खेडन है ना, कुछ समय लिए कढ़ना चाहिए। बाकी योगा के भाजी एक्सरसाइज हैगी है जिन्होंने करके मतलब आप अपनी निगाह ठीक रख सकते हैं। बाकी एक होर है भाजी, मैं थोड़ी इतनी गल होर दसना चाहना कि तुम जिमें सवेरे नहाते हो, सवेरे की करना नहाने लगे ताज़ा पानी आता जी, वो जो टूटी के थले हथ करने दोनों भाजी पानी भरिया आए मूँह के भर लिया, तो उस तो बाद भाजी होर पानी भरिया होर मूँह के भर लिया पूरा ये फुला के, उस तो बाद ताजे पानी के तुसी अखां दे उपर छिट्टे मारने। अच्छा मूँह च पानी भर के फुला के पूरा फुला के अखां दे उपर पानी के छिट्टे मारने, ठीक है जी। जो मूँह का पानी गर्म हो जाए तो वह पानी बाहर कढ़ देना, फिर तो एक बार ठंडा पानी भरना बिच नॉर्मल जो पानी आता है वो भरिया फिर छिट्टे मारे, इदा भाई दो तीन बारी करना, सवेरे करना ही करना जरूर, जो शाम को कर सको तो होर भी बहुत वधिया। तो ये भाजी निगाह थोड़ी बहुत सही रहती है, तो बाकी योगा के एक्सरसाइज है जिन्होंने करके आप अपनी निगाह ठीक रख सकते हैं। सो दोस्तों चलते हैं इंट्रस्टिंग राउंड के बाद योगा सैगमेंट। हाँ जी भाजी, वो मैं जरा पूछता थोनु अखा वाला, हाँ जी हाँ जी, निगाह घटती है बिल्कुल, ओदे बारे तुसी दस दे जी। हाँ जी दसो जी, ओदे लई की कर सकदे? ओदे लई भाजी की करना जी, बड़ी आसान जी एक्सरसाइज है, करना की है जी, ये दोवें अंगूठे हैं जी, इन्हां नूं तुसी साइड ते ओपन करना है, एदां खोलना है, ठीक है जी। हुण की करना है, तुसी अपने खब्बे अंगूठे नूं देखना है, किवें देखना है, ये देखो। अच्छा अखां सामने मतलब देख घुमाउणियां, हां जी कलियां अखां घुमाउणियां, गर्दन नहीं, जिवें आपां नकल मारदे सी क्लास, बस 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 ओही तरीका है भाजी सेम। हां जी ओके, अंगूठे नूं जे नहीं दिखदे भाजी थोड़ा जिहा अंगूठे नूं आपां अगे भी कर सकदे आ, ठीक है जी, अंगूठा नजर आना चाहिए इत्थे, जिवें आपां पेपर वाले नूं कहिंदे थोड़ा जिहा अगे, हां थोड़ा जिहा अगे कर ला, हां उसे तरीके नाल। उस तों बाद भाजी सामने देखना, फिर सज्जा अंगूठा ओके दूजे पासे, हां जी फिर सामने, इस तरह भाजी तीन राउंड करने अपने। अच्छा ते उस तो बाद की करना भाजी, ये हुण सज्जा अंगूठा, अच्छा ठीक है भाजी, ये अंगूठे दी बिल्कुल टिप ते देखना, ओके ये जिहड़ा अपना नौ है ना, नौ दे उत्ते, नौ दे उपर देखना, ते ये देखो लगातार भाजी नौ दे उपर देखदे रहना, ते लगातार अंगूठे दे उपर देखदे होए ते हौली हौली नक दे नाल लगा देना भाई, इत्थे भाई नक नजर आना चाहिए। अच्छा ते इस तो बाद वापस जी, तो इनू भी भाजी तीन बारी करना, ठीक है जी। इस तो बाद भाजी जिहड़ी इहदे च तीजी एक्सरसाइज है वो की करना, तुसी अंगूठे दे उही नौ दे उपर ही देखना, किवें करना जी, ये देखो क्लॉकवाइज पूरा बड़ा सर्कल, यानी बेसिकली अखां नूं मूवमेंट चाहिए इहदे विच, बिल्कुल बिल्कुल भाजी। ऐदां भाजी चारे पासे घुमाउणियां ने, बिल्कुल भाजी, हाँ जी चारे पासे घुमाउणी है, ते फिर उल्टा भाजी, उस तो बाद अखां नूं बंद कर लेना, ते फिर अपने हत्थां नूं आपस दे विच रब करना है, ते अपनियां अखां दे उपर अपनियां हथेलियां लगाउणियां, ते फिर भाजी हौली हौली उंगलियां दे विच्चों अपनी अखां नूं खोलना है। इहदे नाल की हुंदा कि भाई जदों आपां मतलब काफ़ी देर अखां आपां बंद रखते हैं तो एकदम उजाले दे विच नहीं खोलनियां चाहीदियां। वैसे एक गल होर है भाजी, इत्थे मैं तुहानूं गल दसना चाहुंदा कि जिहड़ा मोबाइल आपां यूज़ करदे हैं इस दे नाल ना कल्लियां अखां ते असर नहीं पैंदा, साडी गर्दन ते शरीरक पोस्चर ते वी असर पैंदा। हाँ हाँ बिल्कुल, कई बार काफ़ी टाइम आपां बैठे बैठे जदों आह चीज़ वो मैं एक जगह पढ़दा सी कि पहलां जो टीवी होंगे सी ना, टीवी वो एक जगह लग्या होंदा सी ते बंदा बड़ी दूरों बैठ के इदा देखदा सी, है ना बिल्कुल जी। हौली हौली वो टीवी का बन गया लैपटॉप, बिल्कुल जमें ही तुहाडे कोल ही आ गया, कोल आ गया है ना, है ना हाँ जी। वो लैपटॉप का फिर अगे बन गया स्मार्टफोन, बिल्कुल जी स्मार्टफोन तो बिल्कुल ही इत्थे आ गया, बिल्कुल जी। सो दूरी घट गई, हाँ जी, है ना। तो जो इत्थे आ गया तो फिर वो बॉडी नूं चाहे आपां इदा देखिए इदा देखिए, बिल्कुल जी, बॉडी की गर्दन जी है अपनी गर्दन कई बार जे ज्यादा देर देख ली तो आकड़ जाती है, आकड़ जाती है, बिल्कुल सही गल है भाई, हाँ जी।
ਹਾਂਜੀ ਸੋ ਫੋਨ ਦੇਖਦੇ ਹੋਏ ਵੀ ਜਾਂ ਕਦੇ ਗੱਡੀ ਚਲਾਉਂਦੇ ਹੋਏ ਵੀ ਇਦਾਂ ਹੁੰਦਾ ਹਾਂਜੀ ਹਾਂਜੀ ਬਿਲਕੁਲ ਭਾਜੀ ਜੇ ਤੁਸੀਂ ਜ਼ਿਆਦਾ ਦੇਰ ਡਰਾਈਵਿੰਗ ਕਰਦੇ ਹੋ ਹੈ ਨਾ ਤੁਸੀਂ ਕਿਤੇ ਟਰੈਵਲਿੰਗ ਵੀ ਕਰਦੇ ਹੋ ਗੱਡੀ ਵੀ ਨਹੀਂ ਚਲਾਉਂਦੇ ਤੁਸੀਂ ਟਰੈਵਲਿੰਗ ਕਰਦੇ ਹੋ ਹੈ ਨਾ ਤਾਂ ਵੀ ਤੁਹਾਡੀ ਗਰਦਨ ਜਿਹੜੀ ਆ ਆਕੜ ਜਾਂਦੀ ਆ ਪਰ ਉਹਦੇ ਲਈ ਫਿਰ ਕੀ ਉਹਦੇ ਲਈ ਕੀ ਕਰ ਸਕਦੇ ਹਾਂ ਜੀ ਗਰਦਨ ਜਿਹੜੀ ਬਿਲਕੁਲ ਆਕੜ ਜਾਂਦੀ ਹੈ ਜਦੋਂ ਕਦੇ ਇੱਦਾਂ ਕਰਦੇ ਹਾਂ ਤਾਂ ਉਹਦੇ 'ਚ ਪਟਾਕੇ ਨਿਕਲਦੇ ਹੈ ਨਾ ਤਾਂ ਉਹਦੇ ਲਈ ਭਾਜੀ ਯੋਗਾ 'ਚ ਬਹੁਤ ਆਸਾਨ ਹੈ ਬੜਾ ਤੁਸੀਂ ਉਹਨੂੰ ਆਰਾਮ ਨਾਲ ਠੀਕ ਕਰ ਸਕਦੇ ਹੋ ਕਿਵੇਂ ਭਾਜੀ ਦੇਖੋ ਬੜੀ ਆਸਾਨ ਜਿਹੀ ਐਕਸਰਸਾਈਜ਼ ਹੈ ਮੈਂ ਤੁਹਾਨੂੰ ਕਰਕੇ ਦਿਖਾਉਂਦਾ ਤੁਸੀਂ ਕੀ ਕਰਨਾ ਭਾਜੀ ਪਹਿਲਾਂ ਇਹ ਦੇਖੋ ਜੀ ਆਪਣੇ ਦੋਨੇ ਹੱਥ ਮੋਢਿਆਂ ਦੇ ਉੱਪਰ ਰੱਖਣੇ ਆ ਮੋਢਿਆਂ ਦੇ ਉੱਪਰ ਹਾਂਜੀ ਮੋਢਿਆਂ ਦੇ ਉੱਪਰ ਰੱਖ ਕੇ ਇਹ ਇਹਨੂੰ ਪਿੱਛੇ ਲੈ ਕੇ ਜਾਣਾ ਪੂਰੀ ਤਰ੍ਹਾਂ ਜਿੰਨੇ ਤੱਕ ਘੁਮਾ ਸਕਦੇ ਹੋ ਘੁਮਾਉਣਾ ਇਹ ਦੇਖੋ ਜੀ ਵਨ ਇਹ ਟੂ ਇਹਨੂੰ ਭਾਜੀ ਤੁਸੀਂ ਘੱਟੋ ਘੱਟ ਪੰਜ ਵਾਰ ਕਰਨਾ ਠੀਕ ਹੈ ਜੀ ਇਹ ਪਿੱਛੇ ਨੂੰ ਹੋ ਗਿਆ ਉਸ ਤੋਂ ਬਾਅਦ ਫਿਰ ਇਹਨੂੰ ਅੱਗੇ ਨੂੰ ਵਨ ਟੂ ਅਤੇ ਥ੍ਰੀ ਇਹ ਕਰਨਾ ਭਾਜੀ ਇਸ ਤੋਂ ਬਾਅਦ ਕੀ ਕਰਨਾ ਭਾਜੀ ਆਪਣੀ ਗਰਦਨ ਨੂੰ ਇੱਦਾਂ ਭਾਜੀ ਖੱਬੇ ਪਾਸੇ ਲੈ ਕੇ ਜਾਣਾ ਮੋਢੇ ਟਿਕਾਏ ਹੋਏ ਅਤੇ ਇਕੱਲੀ ਗਰਦਨ ਘੁਮਾਉਣੀ ਹੈ ਇਹ ਦੇਖੋ ਜੀ ਆਪਣੀ ਠੋਡੀ ਨੂੰ ਮੋਢੇ ਦੇ ਉੱਪਰ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਹੈ ਫਿਰ ਸਾਹਮਣੇ ਫਿਰ ਸੱਜੇ ਪਾਸੇ ਫਿਰ ਸਾਹਮਣੇ ਇਹਨੂੰ ਵੀ ਅਸੀਂ ਤਿੰਨ ਵਾਰ ਕਰਨਾ ਅਤੇ ਫਿਰ ਕੀ ਕਰਨਾ ਇਸ ਤੋਂ ਬਾਅਦ ਸਾਹ ਨੂੰ ਅੰਦਰ ਭਰਦੇ ਹੋਏ ਉੱਪਰ ਦੇਖਣਾ ਭਾਜੀ ਠੋਡੀ ਨੂੰ ਉੱਪਰ ਲੈ ਕੇ ਜਾਣਾ ਆਪਣੀ ਚਿੰਨ ਨੂੰ ਅਤੇ ਸਾਹ ਨੂੰ ਰੋਕ ਕੇ ਰੱਖਣਾ ਅਤੇ ਸਾਹ ਨੂੰ ਛੱਡਦੇ ਹੋਏ ਵਾਪਿਸ ਜਦੋਂ ਤੁਸੀਂ ਉੱਪਰ ਜਾਣਾ ਤਾਂ ਆਪਣੇ ਮਨ ਦੇ ਵਿੱਚ 10 ਤੱਕ ਕਾਊਂਟਿੰਗ ਕਰਨੀ ਹੈ ਅਤੇ ਫਿਰ ਸਾਹ ਨੂੰ ਛੱਡਦੇ ਹੋਏ ਵਾਪਿਸ ਇਸ ਨੂੰ ਵੀ ਅਸੀਂ ਤਿੰਨ ਵਾਰੀ ਕਰਨਾ ਬਾਈ ਠੀਕ ਹੈ ਜੀ ਅਤੇ ਇਹਦੇ 'ਚ ਬਾਈ ਨੀਚੇ ਨਹੀਂ ਜਾਣਾ ਜਦੋਂ ਇਹ ਪ੍ਰੋਬਲਮ ਹੁੰਦੀ ਹੈ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ ਇਹਦੇ 'ਚ ਨੀਚੇ ਨਹੀਂ ਜਾਣਾ ਹੁਣ ਨੀਚੇ ਬਾਈ ਕਿਉਂ ਨਹੀਂ ਜਾਣਾ ਕਿਉਂਕਿ ਜਿਹੜਾ ਸਾਡਾ ਮੋਬਾਈਲ ਚਲਾਉਣ ਦਾ ਪੋਸਚਰ ਹੈ ਉਹ ਹੁੰਦਾ ਹੀ ਹੈ ਹਾਂ ਅਸੀਂ ਸਾਰਾ ਦਿਨ ਹੁਣ ਇਸੇ ਪੋਸਚਰ 'ਚ ਰਹਿੰਦੇ ਹਾਂ ਨਾ ਨੀਚੇ ਤਾਂ ਪਹਿਲਾਂ ਹੀ ਗਏ ਹੁੰਦੇ ਹਾਂ ਹਾਂਜੀ ਉਹਦਾ ਉੱਪਰ ਪਹਿਲਾਂ ਕਿ ਬੰਦਾ ਉੱਪਰ ਜਾਵੇ ਤਾਂ ਮਤਲਬ ਇਹਦੇ 'ਚ ਪਹਿਲਾਂ ਬੰਦਾ ਉੱਪਰ ਚੱਲ ਜਾਵੇ ਬਿਲਕੁਲ ਸਹੀ ਗੱਲ ਸੋ ਇਹ ਉੱਪਰ ਵਾਲਾ ਇਹ ਕਰਨਾ ਹੈ ਨਾ ਅਤੇ ਇਹਦੇ ਲਈ ਭਾਜੀ ਇਹ ਬਹੁਤ ਵਧੀਆ ਨਾਲੇ ਇਹਨੂੰ ਤਾਂ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਸੋ ਇਹਦੇ ਲਈ ਭਾਜੀ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਐਕਿਊਪ੍ਰੈਸ਼ਰ ਦੇ ਵਿੱਚ ਇਹਦਾ ਬੜਾ ਵਧੀਆ ਇਲਾਜ ਹੈ ਇੱਕ ਹੋਰ ਇਹਦਾ ਨਾ ਮੇਰੇ ਕੋਲ ਰਿੰਗ ਹੈ ਭਾਜੀ ਇਹਨੂੰ ਤੁਸੀਂ ਹੈ ਨਾ ਇਹ ਕਿਤੋਂ ਵੀ ਮਿਲ ਜਾਂਦੀ ਹੈ ਬੜੀ ਆਸਾਨੀ ਨਾਲ ਹੈ ਨਾ ਅਤੇ ਇੱਦਾਂ ਅੰਗੂਠੇ ਦੇ ਉੱਪਰ ਚੜਾਉਣੀ ਭਾਜੀ ਇੱਦਾਂ ਅੱਗੇ ਪਿੱਛੇ ਇੱਦਾਂ ਭਾਜੀ ਬਸ ਇਹਨੂੰ 10 ਤੋਂ 15 ਕੁ ਵਾਰ ਕਰਨਾ ਇਸ ਵਾਲੇ ਅੰਗੂਠੇ 'ਤੇ ਅਤੇ 10 ਤੋਂ 15 ਵਾਰ ਅਤੇ ਫਿਰ 10 ਤੋਂ 15 ਵਾਰ ਇਸ ਅੰਗੂਠੇ 'ਤੇ ਅਤੇ ਵੈਸੇ ਵੀ ਭਾਜੀ ਨਾ ਜੇ ਸਾਰੀਆਂ ਉਂਗਲੀਆਂ 'ਤੇ ਕਰ ਲਏ ਤਾਂ ਵਧੀਆ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਆਪਣੇ ਹੱਥਾਂ ਦੇ ਵਿੱਚ ਆਪਣੇ ਐਕਿਊਪ੍ਰੈਸ਼ਰ ਦੇ ਪੁਆਇੰਟ ਹੁੰਦੇ ਆ ਸਾਰੀ ਬੋਡੀ ਦੇ ਹੈ ਨਾ ਜੇ ਆਪਾਂ ਉਹਨੂੰ ਸਾਰਿਆਂ ਨੂੰ ਪ੍ਰੈਸ ਕਰ ਦਿੰਦੇ ਹਾਂ ਤਾਂ ਪੂਰੀ ਬੋਡੀ ਜਿਹੜੀ ਸਾਡੀ ਉਹ ਠੀਕ ਹੋ ਜਾਂਦੀ ਹੈ ਅਤੇ ਹੁਣ ਬਾਈ ਚਾਂਸ ਜੇ ਕਿਸੇ ਕੋਲ ਇਹ ਰਿੰਗ ਵੀ ਨਹੀਂ ਹੈ ਤਾਂ ਇਹਦੇ ਲਈ ਭਾਜੀ ਕੀ ਕਰਨਾ ਤੁਸੀਂ ਇਹ ਆਪਣਾ ਅੰਗੂਠਾ ਇਹ ਦੂਜੇ ਨਾਲ ਇਹਨੂੰ ਇੱਦਾਂ ਫੜਨਾ ਅਤੇ ਬਸ ਇਹਨੂੰ ਇਹਦੇ ਨਾਲ ਹੀ ਇਹਨੂੰ ਘੁਮਾ ਸਕਦੇ ਹਾਂ ਯਾਨੀ ਕਿ ਇਹਦੇ ਨਾਲ ਬੋਡੀ ਦੇ ਨਟ ਬੋਲਟ ਜਿਹੜੇ ਉਹ ਟਾਈਟ ਹੋ ਜਾਂਦੇ ਆ ਟਾਈਟ ਕਰ ਸਕਦੇ ਹਾਂ ਹੈ ਨਾ ਇਹ ਸਾਡੀ ਅਸਲ ਵਿੱਚ ਹੁੰਦਾ ਕੀ ਹੈ ਭਾਜੀ ਇਹ ਗਰਦਨ ਹੈ ਸਾਡੀ ਅੱਛਾ ਅਸੀਂ ਇੱਥੋਂ ਨਾ ਹੋ ਕਰਕੇ ਇੱਥੋਂ ਹੀ ਆਪਣੀ ਗਰਦਨ ਨੂੰ ਠੀਕ ਕਰ ਸਕਦੇ ਹਾਂ ਤੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਵੇਲਿਆਂ 'ਚ ਲੋਕੀ ਬਾਲਾ ਹੱਥਾਂ ਨਾਲ ਕੰਮ ਕਰਦੇ ਸੀ ਬਿਲਕੁਲ ਜੀ ਖੇਤਾਂ 'ਚ ਵੀ ਨੰਗੇ ਪੈਰ ਤੁਰਦੇ ਸੀ ਡਲੇ ਭੰਨਦੇ ਸੀ ਤਾਂ ਉਹ ਨੈਚੁਰਲ ਐਕਿਊਪ੍ਰੈਸ਼ਰ ਹੋ ਜਾਂਦਾ ਨੈਚੁਰਲ ਐਕਿਊਪ੍ਰੈਸ਼ਰ ਸੀ ਕੋਈ ਕੰਮ ਕਰ ਰਹੇ ਆ ਕੁਝ ਚੱਕ ਰਹੇ ਆ ਰੱਖ ਰਹੇ ਆ ਤਾਂ ਉਹ ਹੱਥਾਂ ਨੂੰ ਆਪੇ ਹੀ ਉਹ ਪੁਆਇੰਟਸ ਜਿਹੜੇ ਆ ਉਹ ਦੱਬੇ ਜਾਂਦੇ ਸੀ ਬਿਲਕੁਲ ਬਿਲਕੁਲ ਭਾਜੀ ਅੱਜ ਕੱਲ੍ਹ ਦੇਖੋ ਫਿਰ ਤੁਸੀਂ ਅੱਜ ਕੱਲ੍ਹ ਸਾਰਿਆਂ ਨੇ ਸ਼ੂਜ਼ ਪਾਏ ਹੁੰਦੇ ਹੈ ਨਾ ਫਿਰ ਉਹ ਹੈ ਨਾ ਉਹ ਸਭ ਕੁਛ ਨਹੀਂ ਮਿਲਦਾ ਹੈ ਨਾ ਤਾਂ ਉਹ ਚੀਜ਼ਾਂ ਨੂੰ ਆਪਾਂ ਅਵੋਇਡ ਕਰਦੇ ਹਾਂ ਫਿਰ ਤਾਂ ਕਰਕੇ ਅੱਜ ਕੱਲ੍ਹ ਤੁਸੀਂ ਇਹ ਚੀਜ਼ਾਂ ਕਰਕੇ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ ਇੱਕ ਮੈਂ ਹੋਰ ਮੇਰੇ ਦਿਮਾਗ 'ਚ ਆਉਂਦੀ ਹੈ ਗੱਲ ਵੀ ਅੱਜ ਕੱਲ੍ਹ ਦੇ ਮਾਹੌਲ 'ਚ ਸਪੈਸ਼ਲੀ ਜਿਹੜੀਆਂ ਵੱਡੀਆਂ ਸਿਟੀਆਂ ਪਿੰਡਾਂ 'ਚ ਨਹੀਂ ਪਰ ਜਿਹੜੇ ਵੱਡੇ ਸ਼ਹਿਰ ਹੈ ਜਿੱਥੇ ਕਿ ਰੇਸ ਬੜੀ ਲੱਗੀ ਹੋਈ ਹੈ ਹਰ ਬੰਦਾ ਭੱਜ ਰਿਹਾ ਕੋਈ ਜੋਬ ਦੀ ਖਾਤਰ ਕੋਈ ਕਿਵੇਂ ਹੈ ਨਾ ਬਿਲਕੁਲ ਜੀ ਤਾਂ ਬੜੇ ਸਾਰੇ ਮੈਂ ਬੰਦੇ ਦੇਖਦੇ ਹਾਂ ਜਿਹੜੇ ਕਹਿੰਦੇ ਜੀ ਇਹਨੂੰ ਸਟ੍ਰੈਸ ਹੋ ਗਈ ਡਿਪਰੈਸ਼ਨ ਇਹ ਚੀਜ਼ਾਂ ਪਹਿਲਾਂ ਅੱਜ ਤੋਂ 20-25 ਸਾਲ ਪਹਿਲਾਂ ਆਪਾਂ ਕਦੇ ਬਚਪਨ 'ਚ ਕਦੇ ਸੁਣੀਆਂ ਹੀ ਨਹੀਂ ਸੀ ਬਿਲਕੁਲ ਬਿਲਕੁਲ ਨਾ ਹੀ ਕਦੇ ਪਿੰਡਾਂ 'ਚ ਸੁਣੀਆਂ ਸੀ ਬਿਲਕੁਲ ਜੀ ਪਰ ਜਿਹੜੇ ਵੱਡੇ ਸ਼ਹਿਰ ਹੈ ਉਹਨਾਂ 'ਚ ਇਹ ਚੀਜ਼ਾਂ ਬੜੀਆਂ ਕਾਮਨ ਹੈ ਬਿਲਕੁਲ ਜੀ ਈਵਨ ਮੈਂ ਬਾਹਰ ਦੇਖਦਾ ਕੈਨੇਡਾ ਅਮੈਰੀਕਾ 'ਚ ਤਾਂ ਲੋਕ 70% ਲੋਕ ਹੈ ਜਿਹੜੇ ਉਹ ਗੋਲੀਆਂ ਖਾਂਦੇ ਆ ਰਾਤ ਨੂੰ ਨੀਂਦ ਦੀਆਂ ਬਿਲਕੁਲ ਕਿ ਉਹਨਾਂ ਨੂੰ ਬਿਨਾਂ ਗੋਲੀ ਖਾਧੇ ਨੀਂਦ ਨਹੀਂ ਆਉਂਦੀ ਉਹਦੇ ਲਈ ਕੀ ਤੁਸੀਂ ਸੁਜੈਸਟ ਕਰਦੇ ਹੋ ਉਹਦੇ ਲਈ ਯੋਗ ਸਾਧਨਾ ਜਿਹੜੀ ਬਹੁਤ ਜ਼ਰੂਰੀ ਹੈ ਕਿ ਇਹਦੇ ਨਾਲ ਜਿਹੜੀ ਸਰੀਰ ਦੇ ਵਿੱਚ ਜ਼ਿਆਦਾ ਆਕਸੀਜਨ ਜਾਂਦੀ ਹੈ ਆਕਸੀਜਨ ਜਾਣ ਦੇ ਨਾਲ ਜਿਹੜਾ ਡਿਪਰੈਸ਼ਨ ਹੈ ਉਹ ਵੈਸੇ ਹੀ ਦੂਰ ਹੋ ਜਾਂਦਾ ਤਾਂ ਬੋਡੀ ਥੋੜ੍ਹੀ ਰਿਲੈਕਸ ਹੋ ਜਾਂਦੀ ਹੈ ਜਦੋਂ ਬੋਡੀ ਰਿਲੈਕਸ ਹੋ ਗਈ
ਤਾਂ ਤੁਹਾਡਾ ਜਿਹੜਾ ਮੈਂਟਲੀ ਹੈ ਉਹ ਤੁਹਾਡਾ ਵੈਸੇ ਹੀ ਰਿਲੈਕਸ ਹੋ ਜਾਂਦਾ। ਤੇ ਮੈਂ ਭਾਜੀ ਤੁਹਾਨੂੰ ਪਹਿਲਾਂ ਦਿਖਾਉਣਾ ਹੈ ਇੱਥੇ ਕਰਕੇ ਡੀਪ ਬ੍ਰੀਦਿੰਗ ਡੂੰਘੇ ਸਾਹ। ਅੱਛਾ ਉਹ ਕਿਵੇਂ ਕਰਨੇ ਹੈ ਭਾਜੀ? ਇਹ ਦੇਖੋ ਜੀ, ਬਿਲਕੁਲ ਆਸਾਨ, ਸੁੱਖ ਆਸਣ 'ਚ ਬੈਠ ਜਾਣਾ ਜਿੱਦਾਂ ਆਪਾਂ ਚੌਂਕੜੀ ਮਾਰਦੇ ਹਾਂ ਨਾ, ਚੌਂਕੜੀ ਮਾਰ ਕੇ ਤੁਸੀਂ ਬੈਠ ਜਾਣਾ। ਚਾਹੇ ਇਹਨੂੰ ਜਿੱਦਾਂ ਤੁਸੀਂ ਭਾਜੀ ਇਹਦੇ ਪਰ ਬੈਠੇ ਹੋ, ਇਹਦੇ ਪਰ ਬੈਠ ਕੇ ਵੀ ਕਰ ਸਕਦੇ ਹੋ ਤੁਸੀਂ, ਕੁਰਸੀ ਪਰ ਬੈਠ ਕੇ ਕਰ ਸਕਦੇ ਹੋ, ਕਿਤੇ ਵੀ ਕਰ ਸਕਦੇ। ਵੈਸੇ ਤਾਂ ਹਰ ਬੰਦਾ ਸਾਹ ਲੈ ਹੀ ਰਿਹਾ। ਵੈਸੇ ਸਾਹ ਲੈ ਰਿਹਾ ਭਾਜੀ, ਸਾਹ ਲੈ ਹੀ ਰਿਹਾ ਤੇ ਬਸ ਉਹਨੂੰ ਦੇਖਣਾ ਜਿਹੜਾ ਤੇ ਉਹਨੂੰ ਮਤਲਬ ਸਾਹ ਲੈ ਰਿਹਾ ਭਾਜੀ, ਪਰ ਉਹਦੇ ਪਰ ਕਦੇ ਗੌਰ ਨਹੀਂ ਕਰਦੇ, ਯਾਦ ਹੀ ਨਹੀਂ ਕਿ ਸਾਹ ਵੀ ਲੈ ਰਹੇ ਹਾਂ। ਹਾਂਜੀ, ਕਿਵੇਂ ਲੈਣਾ ਭਾਜੀ, ਸਾਹ ਲੈਣ ਦਾ ਇੱਕ ਸਹੀ ਤਰੀਕਾ ਕੀ ਹੈ ਉਹ ਆਪਾਂ ਅੱਜ ਉਹਦੇ ਬਾਰੇ ਵੀ ਗੱਲ ਕਰਦੇ ਕਿ ਸਹੀ ਤਰੀਕਾ ਕੀ ਹੈ ਸਾਹ ਲੈਣ ਦਾ। ਜਿਵੇਂ ਕਿ ਭਾਜੀ ਇਹ ਦੇਖੋ, ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਰੱਖਣਾ, ਸਾਹ ਨੂੰ ਅੰਦਰ ਭਰਦੇ ਹੋਏ ਪੇਟ ਬਾਹਰ, ਸਾਹ ਨੂੰ ਛੱਡਦੇ ਹੋਏ ਪੇਟ ਅੰਦਰ। ਜਿਵੇਂ ਭਾਜੀ ਜਦੋਂ ਆਪਾਂ ਗੁਬਾਰੇ ਦੇ ਵਿੱਚ ਹਵਾ ਭਰਦੇ ਹਾਂ ਗੁਬਾਰਾ ਫੁੱਲ ਜਾਂਦਾ, ਉਵੇਂ ਸਾਹ ਨੂੰ ਅੰਦਰ ਭਰਿਆ ਪੇਟ ਬਾਹਰ, ਸਾਹ ਨੂੰ ਛੱਡਿਆ ਜਿਵੇਂ ਗੁਬਾਰਾ ਪਿਚਕ ਜਾਂਦਾ ਜਦੋਂ ਹਵਾ ਨਿਕਲ ਜਾਂਦੀ ਹੈ, ਉਵੇਂ ਪੇਟ ਅੰਦਰ। ਇਹ ਇੱਕ ਰਾਊਂਡ ਹੋ ਗਿਆ ਜੀ। ਇਸ ਤਰ੍ਹਾਂ ਭਾਜੀ 10 ਤੋਂ 15 ਰਾਊਂਡ ਕਰਨੇ ਆ ਡੀਪ ਬ੍ਰੀਦਿੰਗ ਦੇ। ਡੀਪ ਬ੍ਰੀਦਿੰਗ ਕਰਨ ਦੇ ਨਾਲ ਭਾਜੀ ਇੱਕ ਹੋਰ ਬੜਾ ਵਧੀਆ ਇਹਦਾ ਫਾਇਦਾ ਹੈ ਕਿ ਜਿੱਦਾਂ ਆਪਾਂ ਪਾਸਟ ਜਾਂ ਫਿਊਚਰ ਬਾਰੇ ਸੋਚਦੇ ਹਾਂ ਹੈ ਨਾ, ਮਤਲਬ ਆਪਣਾ ਇਹਦੇ 'ਚ ਹੀ ਚੱਲਦਾ ਰਹਿੰਦਾ, ਜਾਂ ਆਪਾਂ ਪਾਸਟ ਬਾਰੇ ਸੋਚਦੇ ਰਹਿੰਦੇ ਕਿ ਯਾਰ ਉਹ ਮਾੜਾ ਹੋ ਗਿਆ ਜਾਂ ਚੰਗਾ ਹੋਇਆ ਜੋ ਵੀ ਹੈ ਨਾ, ਮਤਲਬ ਉਹਦੇ ਬਾਰੇ ਸੋਚਦੇ ਰਹਿੰਦੇ, ਜਾਂ ਫਿਰ ਆਉਣ ਵਾਲੇ ਕੱਲ੍ਹ ਬਾਰੇ ਸੋਚਦੇ ਰਹਿੰਦੇ। ਬਿਲਕੁਲ, ਅੱਜ ਦੇ ਵਿੱਚ ਜਿਹੜਾ ਜੀਣਾ ਉਹ ਤੁਹਾਨੂੰ ਡੀਪ ਬ੍ਰੀਦਿੰਗ ਸਿਖਾਉਂਦਾ। ਜਦੋਂ ਤੁਸੀਂ ਸਾਹ ਨੂੰ ਦੇਖਣਾ ਸ਼ੁਰੂ ਕਰਤਾ ਤਾਂ ਤੁਸੀਂ ਪ੍ਰੈਜੈਂਟ 'ਚ ਆ ਜਾਂਦੇ, ਹੁਣ 'ਚ ਆ ਜਾਂਦੇ ਆ। ਸੋ ਸਾਨੂੰ ਕੋਈ ਵੀ ਕੰਮ ਹੈ ਜੇ ਅਸੀਂ ਉਹਨੂੰ ਪ੍ਰੈਜੈਂਟ ਦੇ ਵਿੱਚ ਰਹਿ ਕੇ ਕਰਾਂਗੇ ਤਾਂ ਬਹੁਤ ਵਧੀਆ ਹੋਏਗਾ। ਹਾਂ ਬਿਲਕੁਲ, ਕਿ ਤੁਸੀਂ ਇੱਕ ਹੋ ਜਾਂਦੇ ਹੋ ਫਿਜ਼ੀਕਲੀ ਵੀ ਅਤੇ ਮੈਂਟਲੀ ਵੀ। ਵੈਸੇ ਮੈਂ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਭਾਜੀ ਕਿ ਜਿੱਦਾਂ ਬੰਦਾ ਨਾ ਖਾਣਾ ਵੀ ਖਾਂਦਾ ਅੱਜ ਦੇ ਟਾਈਮ 'ਚ, ਉਹ ਬੜਾ ਕਾਹਲੀ ਕਾਹਲੀ 'ਚ ਖਾਂਦਾ। ਹਾਂ ਬਿਲਕੁਲ, ਜਾਂ ਫਿਰ ਉਹ ਟੀਵੀ ਦੇਖਦਾ ਹੋਇਆ ਹੈ ਨਾ, ਜਿੱਦਾਂ ਮੋਬਾਈਲ ਦੇਖਦੇ ਹੋਏ ਤੁਸੀਂ ਖਾਂਦਾ। ਇੱਥੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਜੇ ਬੰਦਾ ਖਾਣਾ ਖਾਣ ਲੱਗਿਆ 10 ਵਾਰੀ ਡੀਪ ਬ੍ਰੀਦਿੰਗ ਕਰ ਲਵੇ, ਪ੍ਰੈਜੈਂਟ 'ਚ ਆ ਜਾਵੇ, ਉਹਨੂੰ ਪਤਾ ਲੱਗ ਜੇ। ਇਹ ਮੈਡੀਟੇਸ਼ਨ ਵੀ ਹੈ ਭਾਜੀ। ਇਹ ਇੱਕ ਬੁਰਕੀ ਤੋੜੀ, ਉਸ ਬੁਰਕੀ ਨੂੰ ਦੇਖਦੇ ਹੋਏ ਆਰਾਮ ਦੇ ਨਾਲ ਉਸ ਬੁਰਕੀ ਨੂੰ ਖਾਣਾ ਅਤੇ ਫਿਰ ਉਹ 'ਚ ਫੀਲ ਕਰਨਾ ਕਿ ਇਹਦੇ 'ਚ ਕੀ ਪਾਇਆ ਹੋਇਆ, ਅਤੇ ਫਿਰ ਅਗਲੀ ਬੁਰਕੀ ਤੋੜੀ, ਫਿਰ ਉਹਨੂੰ ਖਾਇਆ ਹੈ ਨਾ, ਕੀ ਪਾਇਆ ਹੋਇਆ। ਇਹ ਬੈਸਟ ਮੈਡੀਟੇਸ਼ਨ ਹੈ। ਹੁਣ ਭਾਜੀ ਜੋ ਤੁਹਾਨੂੰ ਉਹਦੇ ਸਹੀ ਜਿਹੜੇ ਫਾਇਦੇ ਹੈ ਉਹ ਤੁਹਾਨੂੰ ਖਾਣੇ ਦੇ ਵੀ ਮਿਲਣਗੇ, ਤੁਹਾਡੀ ਮੈਡੀਟੇਸ਼ਨ ਵੀ ਹੋਊਗੀ ਅਤੇ ਤੁਸੀਂ ਪ੍ਰੈਜੈਂਟ 'ਚ ਵੀ ਰਹਿ ਗਏ, ਅਤੇ ਬੰਦਾ ਖਾਂਦਾ ਵੀ ਘੱਟ ਹੈ, ਖਾਂਦਾ ਵੀ ਘੱਟ ਹੈ, ਮੋਟਾਪਾ ਵੀ ਨਹੀਂ ਆਏਗਾ, ਕਿਉਂਕਿ ਉਹਦਾ ਉਹਦੀ ਜਿਹੜੀ ਇੱਕ ਮਨ ਦੀ ਭੁੱਖ ਸ਼ਾਂਤ ਹੋ ਜਾਂਦੀ, ਮਨ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ। ਹੁਣ ਕੀ ਹੈ ਭਾਜੀ, ਚੱਲ ਰਿਹਾ ਟੀਵੀ ਜਾਂ ਮੋਬਾਈਲ, ਧਿਆਨ ਸਾਰਾ ਉਸ ਤੇ ਲੱਗਿਆ ਹੋਇਆ, ਪਤਾ ਨਹੀਂ ਲੱਗਦਾ ਕਦੋਂ ਰੋਟੀ ਮੁੱਕ ਗਈ, ਕਦੋਂ 3 ਤੋਂ 4 ਰੋਟੀਆਂ 5 ਰੋਟੀਆਂ ਖਾਈਆਂ ਗਈਆਂ, ਜਦੋਂ ਕਿ ਸਰੀਰ ਨੂੰ ਲੋੜ ਸੀ 2 ਰੋਟੀਆਂ ਦੀ ਤਾਂ ਹੈ ਨਾ 4 ਰੋਟੀਆਂ ਖਾ ਗਿਆ। ਤਾਂ ਇਹ ਉਹਦੇ ਲਈ ਬਹੁਤ ਵਧੀਆ ਹੈ ਨਾ, ਤੁਹਾਨੂੰ ਮਤਲਬ ਅੱਜ ਦੇ ਵਿੱਚ ਜੀਣਾ ਸਿਖਾਉਂਦਾ। ਇੱਕ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦਾ ਭਾਜੀ, ਭ੍ਰਾਮਰੀ ਪ੍ਰਾਣਾਯਾਮ ਹੈ ਇਹ, ਉਹ ਕਿਵੇਂ ਕਰਨਾ? ਇਹ ਦੇਖੋ ਜੀ, ਆਪਣੇ ਦੋਵੇਂ ਅੰਗੂਠੇ ਕੰਨਾਂ ਦੇ ਉੱਪਰ, ਪਹਿਲੀਆਂ 2 ਉਂਗਲਾਂ ਅੱਖਾਂ ਦੇ ਉੱਪਰ, ਤੀਜੀ ਉਂਗਲ ਬੁੱਲਾਂ ਦੇ ਉੱਪਰ ਤੇ ਚੌਥੀ ਉਂਗਲ ਬੁੱਲਾਂ ਦੇ ਹੇਠ ਰੱਖ ਕੇ ਤੁਸੀਂ ਮ ਬੋਲਣਾ, ਮ ਹੈ ਨਾ। ਕਿਵੇਂ ਕਰਨਾ ਮੈਂ ਇੱਕ ਵਾਰੀ ਕਰਕੇ ਦਿਖਾਉਂਦਾ ਜੀ। ਇਸ ਤਰ੍ਹਾਂ ਤੁਸੀਂ ਭਾਜੀ 10 ਰਾਊਂਡ ਕਰਨੇ ਆ। ਮੈਂ ਤਾਂ ਇੱਕ ਵਾਰੀ ਕਰਕੇ ਬੜਾ ਮਤਲਬ ਰਿਲੈਕਸ ਫੀਲ ਹੋ ਰਿਹਾ ਹੈ ਨਾ, ਜਦੋਂ 10 ਰਾਊਂਡ ਬੰਦਾ ਕਰ ਲੈਂਦਾ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਨਹੀਂ ਯਾਰ ਮੈਂ ਬੜਾ ਵਧੀਆ ਹੁਣ ਇੱਥੇ ਬੈਠਾ ਹੈ ਨਾ, ਕਿ ਇਹਦੇ ਵਿੱਚ ਹੀ ਬੈਠਾ ਰਹਾਂ, ਉਹਨੂੰ ਮਤਲਬ ਇੱਕ ਆਨੰਦ ਆਉਂਦਾ, ਸਕੂਨ ਮਿਲਦਾ ਉਹਨੂੰ। ਤਾਂ 10 ਰਾਊਂਡ ਮਤਲਬ ਸਿਰਫ ਕੀ ਕਰਨਾ, ਅੰਦਰੋਂ ਵਾਈਬ੍ਰੇਸ਼ਨ ਕਰਨੀ ਹੈ। ਜਿੱਦਾਂ ਭਾਜੀ ਆਪਾਂ ਮਤਲਬ ਸਲੂਨ 'ਚ ਜਾਂਦੇ ਹਾਂ ਜਾਂ ਬਿਊਟੀ ਪਾਰਲਰ 'ਤੇ ਜਾ ਕੇ ਬਾਹਰੋਂ ਮਸਾਜ ਕਰਾਉਂਦੇ ਹਾਂ, ਇਹ ਅੰਦਰੋਂ ਮਸਾਜ ਕਰਦਾ। ਜਿਵੇਂ ਅਸੀਂ ਜਦੋਂ ਰਿਆਜ਼ ਕਰਦੇ ਸੀ ਤਾਂ ਸਰਗਮ ਦੇ ਉੱਤੇ ਰਿਆਜ਼ ਹੁੰਦਾ ਸੀ, ਤਾਂ ਉਹ ਜਦੋਂ ਇੱਕ ਸੁਰ 'ਤੇ ਅਸੀਂ ਰਿਆਜ਼ ਕਰਨਾ ਤਾਂ ਉਹਨੇ ਮਨ ਜਿਹੜਾ ਇੱਕ ਜਗ੍ਹਾ ਰੁਕ ਜਾਂਦਾ ਸੀ, ਉਹ ਬਾਕੀ ਇੱਧਰੋਂ ਉੱਧਰੋਂ ਭੱਜਣੋਂ ਹਟ ਜਾਂਦਾ ਸੀ। ਬਿਲਕੁਲ ਜੀ, ਤਾਂ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੈ। ਬਿਲਕੁਲ ਜੀ, ਇਹ ਇਹਦੇ ਵਿੱਚ ਕੀ ਹੈ ਕਿ ਤੁਸੀਂ ਅੰਦਰੋਂ ਹੀ ਜਿਹੜਾ ਮਤਲਬ ਮੈਨੂੰ ਲੱਗਦਾ ਇਹ ਤਾਂ ਅੰਦਰੋਂ ਦਿਮਾਗ ਨੂੰ ਵੀ ਬੜਾ
शांत कर, बिल्कुल भाई दिमाग नू भी शांत कर देता है कि गले लिए बहुत वधिया है ना, जिदा कि तुहाडा प्रोफेशन है ये सिंगर सिलसिले लिए बहुत वधिया है, गले नू थोड़े नू ठीक रखता है, गले की जिहड़ी खराश है उन्हू भी हटाता है, सो बाणी सुधार करता है, सो इहदे नाल की हुंदा है कि स्किन ते ग्लो आंदा है। मैं लगता कल सिंगर लिए नहीं, जिहदा बोलण दा काम है, बोलण दा काम है या जिहदा स्पीच दा काम है उहदे लिए भी चंगी चीज़ होगी। बिल्कुल भाजी बिल्कुल। सो ये प्रामरी प्राणायाम बहुत वधिया हैगा, सो ये करना चाहिए जी। थैंक यू वेरी मच यार, जिन्ने भी तुसी दस्से और ये बड़े सौखे है, मैंने तो ऐ लगता सी कि बड़ा औखा काम है, क्योंकि मैं जिन्ना कुछ भी देखता सी कोई पुट्ठा हो रहा कोई सीधा हो रहा कोई ऐ लत इत्थे रख रहा लिया के, है ना। हाँ लगता है कि योगा बहुत औखा मैनूं लग्गिया, पर कई जो तुसी अज चीज़ां दस्सियां मैनूं लगता हर आम बंदा कर सकता, बिल्कुल जी। मतलब जरूरी नहीं कि आप बहुत औखा भी, हाँ हौली हौली ये तो शुरू करो, हो सकता तुसी उत्थे तक पहुंच जाओगे, पहुंच जाओ, पर अज दे टाइम दे विच इन्ना भी जे आप कर लिए तो बहुत है भाजी। हुण 24 घंटे च बंदा 24 मिनट जे अपने लिए कढ ले तो भाजी बहुत किन्ने घंटे मोबाइल देखा, कदे नोट करियो एक एवरेज बंदे दा 4-5 घंटे जेडे मोबाइल ते जांदे आ। बिलकुल जी, आपां एक चीज देखनी शुरू कीती ओह अगली दे दिंदे आ, अगली मतलब बंदे नूं सोचण दा टाइम नहीं मिलदा। हां जी बड़िया जरूरी है। थोड़ी गल बिल्कुल सही है, मैं थोनू ना इत्थे गल होर दसना चाहुंदा है कि भाजी जदों तां सानू कोई फिजिकल प्रॉब्लम हुंदी है फिर सानू जेड़ा कोई कुछ भी दसदा है असी ओही चीज नू मतलब कहने फॉलो करते हैं ना, कि सानू कोई कुछ भी दसे, कोई योगा दसे, कोई एक्यूप्रेशर दसे, कोई नेचुरोपैथी दसे या कोई होर चीज दसे, असी हरेक चीज नू अपनाउण नू तैयार हो जाने हैं। पर भाई जिवें ही असी ठीक होने हैं ना साडे कोल योगा लई ना सैर लई ना किसी भी तरह की कोई एक्सरसाइज लई टाइम नहीं होंदा, फिर थोड़ी भाजी इस दे उपर की राय है कि मतलब इदा मतलब जदों बंदा ठीक हो जाता है सारा कुछ भुल जाता है सोचता कि मैं कदे बीमारी नहीं होया, तो ये बारे भाई थोड़ा की कहना है? मैं लगता जी हैल्थ है ना वो फील नहीं होंगी, जो बंदा हैल्थी होंगे उन्होंने फील नहीं होंगे। हाँ जी, जिम्मे एक बड़ी छोटी जी स्टोरी है भी एक बंदे को बड़े सारे पैसे से चोर लुट्टन आ गए, ठीक है, तो वह कहते भी पैसे दे दे आपकी जान दे दे। बिल्कुल जी, वो कहता सोच दो, वह कहते इस सोचना की है भी एक पासे तेरी जान है एक पासे पैसे है। बिल्कुल जी, वो कहता यार पैसे बड़ी मेहनत ना कमाए जान तो मुफ्त मिली है, कहता भी तुसी जान ही ले लो पैसे तो नहीं मैं दिंदा। अच्छा जी, है ना। सो कहना मतलब ये है कि लोग जिहड़ी हैल्थ है या जिहड़ी सानू जिंदगी मिली है, जिंदगी मिली है वो फ्री मिली है, लोगों को लगता कि ये फ्री मिली है। बिल्कुल जी, पैसों के वल आप ज़्यादा भजदे हैं पर अखीर दे विच हैल्थ नहीं काम। बिल्कुल जी, आपा देखिया ही है सारा। हाँ। बिल्कुल बिल्कुल भाई, तुहाडी इम्यूनिटी ने तुहाडी हेल्थ ने बिल्कुल जी काम आना काम आना। हां जी, मैनूं लगदा मैं किते सवेर हुंदे पहाड़ां वल ना चलिया जावां, बड़ियां सियाणियां गल्लां आपां कर लईआं। हां जी, आपां अगले राउंड वल चलिए कुछ। मैनूं इह लगदा भाजी जिते अपनी इह गल चल रही है, हां है ना, कि तुहाडा इक इत्थे गाणा भी हैगा, मैनूं लगदा इत्थे ढुकदा तां इत्थे जरूर सुनाई दिओ, है ना। अरदास फिल्म दे विच सी भाजी तुहाडा गाणा। ओह अच्छा, ਉਹਦੇ 'ਚ ਇਸ ਬਾਡਿੰਗ ਸੀ ਕਿ ਭਾਜੀ ਬੰਦਿਆ ਕੰਮ ਕਰ, ਹਾਂ ਉਹ ਤੁਸੀਂ ਮੈਂ ਚਾਹੁੰਦਾ ਕਿ ਇੱਥੇ ਜ਼ਰੂਰ ਸੁਣਾਓ। ਉਹ ਗਾਣਾ ਮੈਨੂੰ ਵੀ ਬੜਾ ਕਦੇ ਕਦੇ ਮੈਂ ਵੀ ਇਕੱਲਾ ਹੋਵਾਂ ਗੱਡੀ 'ਚ ਮੈਂ ਜਾਂਦਾ ਤਾਂ ਮੈਂ ਆਪ ਬੜਾ ਗਾਉਣਾ ਉਹ ਗਾਣਾ। ਕੀ ਬਾਤ ਹੈ ਭਾਈ, ਅੱਜ ਫਿਰ ਹੋ ਜਾਏ ਇੱਕ ਵਾਰੀ ਜੀ। ਬੰਦਿਆ ਕੰਮ ਕਾਰ ਨਹੀਂ ਮੁੱਕਣੇ, ਬੰਦਾ ਮੁੱਕ ਜਾਂਦਾ ਹੋ ਇੱਕੋ ਪਲ ਵਿੱਚ, ਸਾਰਾ ਧੰਦਾ ਮੁੱਕ ਜਾਂਦਾ, ਧੰਦਾ ਮੁੱਕ ਜਾਂਦਾ, ਨਾ ਤੂੰ ਦੁੱਖ ਸਿਹਾ ਕਰ ਬਸ ਖੁਸ਼ ਰਿਹਾ ਕਰ, ਕੌਣ ਜਾਣਦਾ ਏ ਕਿਹਦੀ ਕਿੰਨੀ ਲੰਮੀ ਜ਼ਿੰਦਗੀ, ਓਏ ਦਿਲਾ ਰੋਵੇਂਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ, ਓਏ ਦਿਲਾ ਰੋਵੇਂਗਾ। ਕੀ ਬਾਤ ਹੈ ਭਾਜੀ, ਕੀ ਬਾਤ ਹੈ, ਬਹੁਤ ਵਧੀਆ ਭਾਜੀ। ਸੋ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ, ਸੋ ਇੰਜੋਏ ਕਰਨ ਦੇ ਲਈ ਵਧਦੇ ਹਾਂ ਆਪਣੇ ਅਗਲੇ ਸੈਗਮੈਂਟ ਵੱਲ, ਗੇਮ ਸੈਗਮੈਂਟ ਵੱਲ। ਸੋ ਭਾਜੀ ਇਹਨੂੰ ਕਰਨਾ ਕੀ ਹੈ, ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਕਿ ਮੈਂ ਇਹਨੂੰ ਘੁਮਾਵਾਂਗਾ, ਠੀਕ ਹੈ ਜੀ, ਤੁਸੀਂ ਇਹਨੂੰ ਰੋਕਣਾ। ਓਕੇ, ਇਹ ਜਿੱਥੇ ਰੁਕੇਗਾ ਤੁਸੀਂ ਉਹ ਚੀਜ਼ ਭਾਅ ਜੀ ਕਰਕੇ ਦਿਖਾਉਣੀ ਹੈ।
ਇਹ ਹੈਗਾ ਭਾਜੀ ਅੱਖਾਂ ਬੰਦ ਕਰਕੇ ਤੁਰਨਾ ਜਾਂ ਕੋਈ ਚੀਜ਼ ਸੁਣ ਕੇ ਦੱਸਣਾ। ਅੱਛਾ, ਇੱਥੇ ਭਾਜੀ ਤੁਹਾਡੇ ਅੱਖਾਂ ਤੇ ਪੱਟੀ ਬੰਨੀ ਹੋਊਗੀ, ਤੁਸੀਂ ਕੋਈ ਵੀ ਚੀਜ਼ ਸੁਣ ਕੇ ਦੱਸਣੀ ਹੈ। ਅੱਛਾ, ਠੀਕ ਹੈ ਜੀ। ਅਗਲਾ, ਇਸ ਤੋਂ ਬਾਅਦ ਭਾਜੀ ਹੈਗਾ ਦੋ ਸਟੈਪ ਭੰਗੜੇ ਦੇ ਜਾਂ ਡਾਂਸ ਕਰਕੇ ਦਿਖਾਉਣਾ। ਓਕੇ, ਤੇ ਇਹ ਤੋਂ ਬਾਅਦ ਭਾਜੀ ਹੈਗਾ ਮੂੰਹ ਬੰਦ ਕਰਕੇ ਹੱਸਣਾ ਜਾਂ ਰਾਵਣ ਦੀ ਤਰ੍ਹਾਂ ਹੱਸਣਾ। ਮੂੰਹ ਬੰਦ ਕਰਕੇ ਕਿਵੇਂ ਹੱਸੀਦਾ? ਮੂੰਹ ਬੰਦ ਕਰਕੇ ਯੋਗਾ ਵਾਲਿਆਂ ਨੂੰ ਵੀ ਪਤਾ ਹੋਊਗਾ। ਨਹੀਂ ਭਾਜੀ, ਜਿੱਦਾਂ ਹੁੰਦਾ ਨੀ ਕਿ ਭਾਈ ਬੰਦੇ ਨੂੰ ਮਤਲਬ ਕਿਸੇ ਚੀਜ਼ ਤੇ ਹਾਸੀ ਆ ਰਹੀ ਹੈ। ਅੱਛਾ, ਪਰ ਉਹ ਰੋਕਦਾ ਹੈ ਨਾ। ਓਕੇ, ਅੱਛਾ ਅਗਲਾ ਇਹ ਹੈਗਾ ਭਾਜੀ ਜਿਵੇਂ ਡੰਡ ਮਾਰਨੇ। ਲੱਗਿਆ ਕਿ ਲਿਖਿਆ ਡੰਡੇ ਮਾਰ। ਡੰਡੇ ਮਾਰਨੇ? ਨਹੀਂ ਨਹੀਂ ਭਾਜੀ, ਇਹ ਹੈਗਾ ਡੰਡ ਮਾਰਨੇ। ਡੰਡ ਮਾਰਨੇ, ਓਕੇ। ਡੰਡ ਮਾਰਨੇ ਜਾਂ ਉੱਠ ਕੇ ਬੈਠ ਕੇ ਲਗਾਉਣਾ। ਅੱਛਾ, ਹਾਂਜੀ। ਤੇ ਜਿਵੇਂ ਸਕੂਲਾਂ 'ਚ ਲਗਵਾਉਂਦੇ ਤਾਂ ਨਾ ਟੀਚਰ, ਇਹ ਹੈਗਾ ਭਾਜੀ ਦੋ ਬੁਝਾਰਤਾਂ ਦਾ ਜਵਾਬ ਦੇਣਾ। ਓਕੇ, ਠੀਕ ਹੈ ਜੀ। ਇਹ ਸਾਰਾ ਕੁਛ ਹੈਗਾ, ਮੈਂ ਘੁਮਾਊਂਗਾ ਜੀ, ਤੁਸੀਂ ਇਹਨੂੰ ਰੋਕਣਾ, ਜਿੱਥੇ ਰੁਕ ਗਿਆ ਤੁਸੀਂ ਬਸ ਉਹ ਚੀਜ਼ ਕਰਨੀ ਹੈ ਭਾਜੀ। ਓਕੇ, ਰੈਡੀ ਹੈ ਜੀ? ਫਿਰ ਚਲੋ ਕਰਦੇ ਜੀ ਫਿਰ। ਇਹ ਰਾਵਣ ਦੀ ਤਰ੍ਹਾਂ ਹੱਸਣਾ ਹਾਂਜੀ, ਜਾਂ ਮਤਲਬ ਦੋਨਾਂ ਚੋਂ ਇੱਕ ਚੀਜ਼। ਹਾਂਜੀ, ਮੂੰਹ ਬੰਦ ਕਰਕੇ ਹੱਸਣਾ ਜਾਂ ਰਾਵਣ ਦੀ ਤਰ੍ਹਾਂ ਹੱਸਣਾ। ਪਰ ਮੈਂ ਭਾਜੀ ਕੁਛ ਹੋਰ ਚਾਹੁੰਦਾ ਇੱਥੇ। ਅੱਛਾ, ਮੈਂ ਇੱਥੇ ਤੁਹਾਡੇ ਲਈ ਇੱਕ ਆਪਸ਼ਨ ਹੈਗੀ ਹੈ ਜੀ ਕਿ ਤੁਸੀਂ ਨਾ ਮੂੰਹ ਬੰਦ ਕਰਕੇ ਹੱਸਣਾ ਨਾ ਰਾਵਣ ਦੀ ਤਰ੍ਹਾਂ ਹੱਸਣਾ। ਅੱਛਾ, ਮੈਂ ਚਾਹੁੰਦਾ ਕਿ ਭਾਜੀ ਤੁਹਾਡਾ ਨਾ ਇੱਕ ਗਾਣਾ ਸੀ ਨਾ shaadi.com ਉੱਤੇ ਮੁੰਡਾ ਭਾਲਦੀ, ਤੁਸੀਂ ਭਾਜੀ ਉਹਦੇ ਵਿੱਚ ਜੋ ਖੁੱਲ੍ਹ ਕੇ ਹੱਸੇ ਸੀ ਨਾ, ਜੇ ਕਿਤੇ ਉਹ ਹਾਸਾ ਹੋ ਜਾਵੇ ਨਾ ਭਾਜੀ, ਮਤਲਬ ਕਮਾਲ ਹੀ ਹੋ ਜਾਊਗਾ ਭਾਜੀ। ਮੈਂ ਬੜਾ ਫੈਨ ਹਾਂ ਭਾਜੀ ਸੱਚੀ। ਨਹੀਂ, ਉਹ ਜਿਹੜਾ ਮੈਂ ਹੱਸਿਆ ਸੀ ਨਾ ਉਹਦੇ ਪਿੱਛੇ ਰਾਜ਼ ਹੈ ਬੜਾ ਵੱਡਾ। ਅੱਛਾ ਜੀ, ਉਹਦੇ ਵਾਸਤੇ ਤੁਹਾਨੂੰ ਇੱਥੇ ਸਾਰਾ ਗੁਰਪਾਲ ਲਿਆਉਣੀ ਪੈਣੀ। ਅੱਛਾ, ਤੁਸੀਂ ਉਹਨੂੰ ਦੇਖ ਕੇ ਹੱਸੂਗੇ? ਨਹੀਂ, ਅਸਲ 'ਚ ਹਾਂ, ਉਹ ਐਕਚੁਲੀ ਜਦੋਂ ਉਹ ਗਾਣਾ ਅਸੀਂ ਰਿਕਾਰਡ ਕਰਦੇ ਸੀ ਨਾ, ਹਾਂਜੀ ਭਾਜੀ, ਤਾਂ ਰਿਕਾਰਡ ਕਰਦੇ ਕਰਦੇ ਪਤਾ ਨਹੀਂ ਕੀ, ਮੈਨੂੰ ਹੁਣ ਗੱਲ ਯਾਦ ਨਹੀਂ, ਪਰ ਬੜੀ ਫਨੀ ਗੱਲ ਹੋਈ। ਅੱਛਾ ਜੀ, ਵੀ ਉਹ ਮੈਂ ਰਿਕਾਰਡਿੰਗ ਮੈਥੋਂ ਹੋ ਹੀ ਨਾ ਪਾਵੇ, ਮੈਂ ਗਾਈ ਜਾਵਾਂ, ਗਾਉਂਦੇ ਗਾਉਂਦੇ ਮੈਨੂੰ ਗੱਲ ਯਾਦ ਆ ਜਾ ਕਰੇ, ਉਹ ਫਿਰ ਮੇਰਾ ਹਾਸਾ ਆ ਜਾ ਕਰੇ। ਅੱਛਾ ਜੀ, ਫਿਰ ਮੈਂ ਕਿਹਾ ਯਾਰ ਤੁਸੀਂ ਐਂ ਕਰੋ ਵਿੱਚ ਹੀ ਲੈ ਲਓ। ਅੱਛਾ ਜੀ, ਉਹ ਵਿੱਚ ਹੀ ਰਿਕਾਰਡ ਹੋ ਗਿਆ ਹਾਸਾ। ਤੇ ਫਿਰ ਭਾਜੀ ਮੈਨੂੰ ਲੱਗਦਾ ਵੀ ਨਾਲ ਤੁਸੀਂ ਗਾਣਾ ਤੇ ਉਹ ਹਾਸਾ, ਉਹ ਹਾਸਾ ਤਾਂ ਮੈਂ ਹੱਸ ਸਕਦਾ। ਕੀ ਬਾਤ ਹੈ ਭਾਜੀ, ਜੇ ਹੋ ਜਾਏ ਤਾਂ ਕਮਾਲ ਹੈ। ਉਹ ਸੀਗਾ ਵੀ ਉਹ ਦੰਦ ਕੱਢਦੀ ਸੀ ਦਿਲ ਮੇਰਾ ਤੋੜ ਕੇ, ਦਿੱਤਾ ਰੱਬ ਨੇ ਸਭ ਕੇ ਉਹਨੂੰ ਮੋੜ ਕੇ, ਤੇਰਾ ਹੁੰਦਾ ਨੀ ਵਿਆਹ ਮੈਨੂੰ ਦੱਸ ਗਿਆ ਮਾਨ ਨੀ, ਤੂੰ ਥਾਂ ਥਾਂ ਤੇ ਫਿਰੇ ਦੀਵੇ ਬਾਲਦੀ, ਥਾਂ ਥਾਂ ਤੇ ਫਿਰੇ ਦੀਵੇ ਬਾਲਦੀ, ਮੇਰਾ ਰੁਕਦਾ ਨੀ ਹਾਸਾ ਮੈਨੂੰ ਅੱਜ ਪਤਾ ਲੱਗਾ ਨੀ, ਤੂੰ shaadi.com ਉੱਤੇ ਮੁੰਡਾ। ਸੋ ਇਹ ਜਿਹੜਾ ਹਾਸਾ ਹੈ, ਚਲੋ ਜਿਹੜਾ ਉੱਥੇ ਹੱਸਿਆ ਗਿਆ ਉਹ ਤਾਂ ਮਤਲਬ ਬਹੁਤ ਵਧੀਆ ਸੀ, ਪਰ ਹੁਣ ਤੁਸੀਂ ਇਹਦੇ ਪੁੱਛ ਲਓ। ਨਹੀਂ ਨਹੀਂ, ਬਿਲਕੁਲ ਭਾਜੀ, ਬਹੁਤ ਵਧੀਆ ਸੀ। ਸੋ ਬਹੁਤ ਵਧੀਆ ਲੱਗਿਆ ਭਾਜੀ। ਮੈਂ ਇੱਕ ਬਸ ਇਹੀ ਕਹੂੰਗਾ ਕਿ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਜੀ। ਮੈਸੇਜ ਮੇਰਾ ਇਹੀ ਹੈ, ਜਿਵੇਂ ਹੁਣ ਅਸੀਂ ਮੈਂ ਗਾਣੇ 'ਚ ਜਿਵੇਂ ਹੱਸਿਆ, ਮੈਂ ਚਾਹੁੰਦਾ ਜ਼ਿੰਦਗੀ 'ਚ ਇੱਦਾਂ ਹੀ ਹੱਸਦੇ ਰਹੋ, ਜਿੱਥੇ ਮੌਕਾ ਮਿਲਦਾ ਜਿਵੇਂ ਮੌਕਾ ਮਿਲਦਾ ਹੱਸਣ ਦੀ ਕੋਸ਼ਿਸ਼ ਕਰੋ। ਮੈਨੂੰ ਲੱਗਦਾ ਯੋਗਾ 'ਚ ਵੀ ਇੱਕ ਕੁਛ ਹੁੰਦਾ ਨਾ ਹੱਸਣ ਵਾਲਾ। ਬਿਲਕੁਲ ਬਿਲਕੁਲ, ਬਿਨਾਂ ਗੱਲੋਂ ਵੀ ਹੱਸਣਾ ਚਾਹੀਦਾ। ਬਿਲਕੁਲ, ਜ਼ਰੂਰੀ ਨਹੀਂ ਕਿ ਕੋਈ ਵਜ੍ਹਾ ਲੱਭੀਏ ਤਾਂ ਫਿਰ ਹੱਸਿਆ ਜਾਵੇ। ਸੋ ਜਿੰਨੀ ਕੁ ਜ਼ਿੰਦਗੀ ਹੈ, ਹੱਸੋ, ਖੇਡੋ ਅਤੇ ਇਹਨੂੰ ਖੁੱਲ੍ਹ ਕੇ ਜੀਓ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਮੇਰੇ ਵੱਲੋਂ, ਲਵ ਯੂ ਸਾਰੇ ਦੇਖਣ ਵਾਲਿਆਂ ਨੂੰ। ਥੈਂਕ ਯੂ ਭਾਜੀ, ਥੈਂਕ ਯੂ ਜੀ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਨਵੀਆਂ ਸਿਹਤ ਸੰਭਾਲ ਗੱਲਾਂ ਦੇ ਨਾਲ ਅਤੇ ਨਵੇਂ ਸੈਲੀਬ੍ਰਿਟੀ ਨਾਲ।